ਸਨੈਪਚੈਟ ਸਨੈਪਚੈਟਰਸ ਅਸੀਂ ਨਾ ਸ਼ੇਰ ਆ ਉੱਥੇ ਬਈ ਇੱਧਰ ਸ਼ੇਰ ਆ ਗਿਆ ਦਿਖਾਈ ਲਓ ਜੀ ਆ ਗਿਆ ਆਪਾਂ ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ 'ਤੇ ਰਮਨ ਸੰਧੂ ਬਲੌਗਸ 'ਤੇ ਅਤੇ ਆਪਾਂ ਚੱਲੇ ਹੁਣ ਤੁਹਾਨੂੰ ਦੱਸ ਦਿਆਂ ਜਿਵੇਂ ਦੱਸਦੇ ਨਾ ਸਰਪ੍ਰਾਈਜ਼ ਲੈਣ ਚੱਲੇ ਹਾਂ ਅਤੇ ਬਾਕੀ ਨਾਲ ਦੇ ਮੁੰਡਿਆਂ ਨੂੰ ਵੀ ਫੋਨ ਕਰਤੇ ਆਪਾਂ ਉਹ ਵੀ ਆਉਂਦੇ ਹੋਣਗੇ ਹੈ ਨਾ ਪਹਿਲਾਂ ਮੈਂ ਉੱਧਰੋਂ ਚਾਚਾ ਜੀ ਕੇ ਜਾ ਗੱਡੀ ਲੈ ਕੇ ਆਇਆ ਮੈਂ ਇਹਦੇ ਪਿੱਛੇ ਨਾ ਟਰਾਲੀ ਪੈ ਜਾਂਦੀ ਹੈ ਫਿਰ ਅਤੇ ਸਰਪ੍ਰਾਈਜ਼ ਤੁਹਾਨੂੰ ਪਤਾ ਹੀ ਹੈ ਫਿਰ ਕਿਹੋ ਜਿਹਾ ਹੋਣਾ ਹੈ ਨਾ ਤੁਸੀਂ ਆਪਾਂ ਹੀ ਗੈਸ ਕਰ ਲਿਓ ਹਜੇ ਤੁਹਾਨੂੰ ਉਹ ਟਾਈਮ 'ਤੇ ਦਿਖਾਵਾਂਗੇ ਤੁਸੀਂ ਦੇਖਣ ਤੋਂ ਪਹਿਲਾਂ ਕਮੈਂਟ ਕਰਕੇ ਦੱਸ ਦਿਓ ਵੀ ਕੀ ਹੋ ਸਕਦਾ ਠੀਕ ਆ ਅਤੇ ਚਲੋ ਬਾਕੀ ਹੁਣ ਅੰਸ਼ ਹੁਣ ਨਾਲੇ ਕਿਹਾ ਹੋਇਆ ਮੈਂ ਕਿ ਵੀ ਜਾਣਾ ਵਾ ਫਿਰ ਵੀ ਪਤਾ ਨਾਨਕ ਮੱਤੇ ਕਿੱਧਰ ਗਿਆ ਹੋਇਆ ਅਤੇ ਆਉਂਦਾ ਵਾ ਅਤੇ ਬਾਕੀ ਮੁੰਡਿਆਂ ਨੂੰ ਵੀ ਫੋਨ ਕਰਦੇ ਆ ਚੱਲਦੇ ਆ ਟਰਾਲੀ ਆਪਾਂ ਪਾ ਲਈ ਦੇਖ ਲਈਏ ਸਹੀ ਆ ਟਰਾਲੀ ਵੀ ਸਹੀ ਆ ਬਾਕੀ ਟਾਇਰ ਥੋੜ੍ਹੇ ਆਪਣੀ ਟਰਾਲੀ ਦੇ ਇਹੋ ਜਿਹੀ ਆ ਵੈਸੇ ਚਲੋ ਹਵਾ ਹੂਵਾ ਭਰਾ ਲਾਂਗੇ ਰਾਹ ਜੇ ਲੋੜ ਪਈ ਅਤੇ ਆਪਾਂ ਪੀਲੀ ਭੀਤ ਜਾਣਾ ਵਾ ਲੇਟ ਵੈਸੇ ਅਸੀਂ ਹੋ ਗਿਆ ਫੋਨ ਆ ਗਿਆ ਜੀ ਸਾਨੂੰ 1:30 ਉਹਨਾਂ ਦਾ ਜਿਨ੍ਹਾਂ ਤੋਂ ਅਸੀਂ ਸਮਾਨ ਮੰਗਾਇਆ ਪੰਜਾਬੋਂ ਅਤੇ ਪਰ ਥੋੜ੍ਹਾ ਲੇਟ ਹੋ ਗਿਆ ਨਾ ਤੁਹਾਨੂੰ ਪਤਾ ਘਰੋਂ ਫਿਰ ਤੁਰਦੇ ਤੁਰਦੇ ਅਤੇ ਬਾਕੀ ਤੁਹਾਨੂੰ ਆਪੀ ਕਈਆਂ ਨੇ ਤਾਂ ਗੈਸ ਲਾ ਹੀ ਲਿਆ ਹੋਣਾ ਕੀ ਚੀਜ਼ ਮੰਗਾਈ ਆ ਪੰਜਾਬੋਂ ਟੇਟਰ ਵਾਸਤੇ ਹਜੇ ਇੱਕ ਗੇੜਾ ਫਿਰ ਸਾਡਾ ਹਜੇ ਇੱਕ ਗੇੜਾ ਹੋਰ ਲੱਗਣਾ ਵਾ ਉਹ ਤਾਂ ਗੱਡੀ 'ਤੇ ਹੀ ਲੱਗਣਾ ਹੈ ਨਾ ਆਹ ਸਮਾਨ ਤੋਂ ਬਾਅਦ ਹੋਰ ਵੀ ਸਮਾਨ ਆ ਰਿਹਾ ਵਾ ਫਿਰ ਉਹ ਵੀ ਗੇੜਾ ਲੱਗੂ ਉਹ ਤਾਂ ਗੱਡੀ 'ਚ ਹੀ ਆ ਜਾਣਾ ਜ਼ਿਆਦਾ ਵੱਡਾ ਨਹੀਂ ਗਾ ਛੋਟੇ ਮੋਟੇ ਸਮਾਨ ਜੇ ਆ ਅਤੇ ਚਲੋ ਹੁਣ ਆ ਜਾਣ ਫਿਰ ਤੁਹਾਨੂੰ ਉਹਨਾਂ ਸਾਰਿਆਂ ਨਾਲ ਮਿਲਾਉਂਦਾ ਠੀਕ ਆ ਲਓ ਜੀ ਆ ਗਿਆ ਜੀ ਮਾਨਸੂ ਦੇ ਗੇਟਾਂ 'ਚ ਅਤੇ ਆ ਗਿਆ ਇੱਥੇ ਖੜ੍ਹਾ ਵਾ ਅਤੇ ਨਾਂ ਹਜੇ ਹੈਗਾ ਗੁਰਮਨ ਅਤੇ ਜਸ਼ਨਾ ਗਿਆ ਹੋਇਆ ਸਤਾਰਗੰਜ ਨਾਲੇ ਮੈਂ ਇਹਨਾਂ ਨੂੰ ਕਿਹਾ ਕੱਲ੍ਹ ਨੂੰ ਵੀ ਜਾਣਾ ਚਲੋ ਉਹਨਾਂ ਨੂੰ ਕੰਮ ਹੋ ਗਿਆ ਹੋਣਾ ਤਾਂ ਗਏ ਆ ਅਤੇ ਬਾਕੀ ਮੈਂ ਤਾਂ ਅੰਸ਼ੂ ਦੇਖਦੇ ਹਾਂ ਅੰਸ਼ੂ ਆਉਂਦਾ ਵਾ ਮੈਂ ਤਾਂ ਅੰਸ਼ੂ ਜਾਂਦੇ ਹਾਂ ਮੈਂ ਕਹਿਣਾ ਚੱਲ ਠੀਕ ਆ ਹੁਣ ਫਿਰ ਲੇਟ ਹੋਈ ਜਾਂਦੇ ਹਾਂ ਉੱਧਰ ਵੀ ਨਹੀਂ ਮਿਲਣੇ ਫਿਰ ਉਹ ਕਹਿੰਦੇ ਬਾਈ ਟਾਈਮ ਨਾਲ ਆਇਓ ਅਤੇ ਟਾਈਮ ਨਾਲ ਸਮਾਨ ਲੈ ਕੇ ਜਾਇਓ ਆਪਦਾ ਅਤੇ ਬਾਕੀ ਚਲੋ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਜਿਵੇਂ ਜਿਵੇਂ ਵੀ ਆ ਇੱਕ ਅੱਜ ਪ੍ਰਾਹੁਣੇ ਆਉਂਦੇ ਆ ਘਰ ਅਤੇ ਉਹਨਾਂ ਦਾ ਵੀ ਫੋਨ ਆ ਗਿਆ ਕਿ ਅਸੀਂ ਆਉਂਦੇ ਹਾਂ ਪੰਜਾਬੋਂ ਆਏ ਵੇ ਆ ਇੱਧਰ ਰਿਸ਼ਤੇਦਾਰੀ 'ਚ ਗਏ ਆ ਪੂਰਨਪੁਰ ਉਹ ਵੀ ਆਉਂਦੇ ਆ ਅਤੇ ਮੈਂ ਕਿਹਾ ਚੱਲ ਉਹਨਾਂ ਨੂੰ ਵੀ ਹੁਣ ਕਿਹਾ ਆਉਂਦਾ ਮੈਂ ਚੱਲ ਕੀ ਪਤਾ ਉਹ ਤੱਕ ਅਸੀਂ ਮੁੜੇ ਆਈਏ ਪੀਲੀ ਪੀਤੋਂ ਲੈ ਕੇ ਸਮਾਨ ਅਤੇ ਬਾਕੀ ਮੈਂ ਕਿਹਾ ਦੇਖਦੇ ਨਹੀਂ ਉਹਨਾਂ ਨੂੰ ਕਹਿੰਦਾ ਰਾਤ ਰੁਕ ਜਾਓ ਹੈ ਨਾ ਅਤੇ ਬਾਕੀ ਚਲੋ ਦੇਖਦੇ ਹਾਂ ਕਿਵੇਂ ਬਣਦਾ ਨਹੀਂ ਮਿਲਾਂਗੇ ਉਹਨਾਂ ਨੂੰ ਕਹਿੰਦਾ ਅਸੀਂ ਵੇਟ ਕਰੋ ਆ ਗਏ ਅਸੀਂ ਜ਼ਿਆਦਾ ਟਾਈਮ ਨਹੀਂ ਲਾਉਣਾ ਉੱਥੇ ਲੈ ਕੇ ਮੁੜੇ ਆਉਣਾ ਸਮਾਨ ਅਤੇ ਬਾਕੀ ਅੱਜ ਪੂਰਾ ਬਲੌਗ ਘੈਂਟ ਸ਼ੂਟ ਹੋਣਾ ਅਤੇ ਕੱਲ੍ਹ ਵਾਲਾ ਇੱਥੋਂ ਵੀ ਘੈਂਟ ਹੋਣਾ ਵੀ ਕੱਲ੍ਹ ਵਾਲਾ ਬਲੌਗ ਇੱਥੋਂ ਵੀ ਘੈਂਟ ਮਿੱਤਰੋ ਹੁਣ ਪਟਾਕੇ ਪਿਆ ਕਰਨੇ ਬਲੌਗਾਂ ਦੇ ਪਟਾਕੇ ਅੱਗੇ ਸਾਨੂੰ ਕੁਝ ਲੱਭਦਾ ਜਾਂ ਨਹੀਂ ਸੀਗਾ ਵੀ ਕਿਵੇਂ ਹੈ ਨਾ ਤੁਹਾਨੂੰ ਪਤਾ ਨਾਲੇ ਬਾਕੀ ਪਤਾ ਕੀ ਹੁੰਦਾ ਬਾਕੀ ਇਹ ਗੱਲ ਹੁੰਦੀ ਆ ਬੰਦਾ ਜਦੋਂ ਕਿਸੇ ਕੰਮ 'ਚ ਪੈਂਦਾ ਨਾ ਫਿਰ ਮੁੜ ਕੇ ਹੌਲੀ ਹੌਲੀ ਪਤਾ ਲੱਗਦਾ ਵੀ ਕਿਵੇਂ ਕੀ ਹੁੰਦਾ ਹੈ ਨਾ ਅਤੇ ਹੁਣ ਸਾਨੂੰ ਅੱਗੇ ਆਪ ਅਸੀਂ ਆਪ ਦਿਲੋਂ ਤਾਂ ਵਧੀਆ ਕੰਟੈਂਟ ਲੈ ਕੇ ਆਉਂਦੇ ਸੀ ਹੈ ਨਾ ਵੀ ਤੁਹਾਨੂੰ ਚੰਗਾ ਲੱਗੇ ਪਰ ਚਲੋ ਬਾਕੀ ਹੈ ਨਾ ਚੰਗਾ ਵੀ ਲੱਗਦਾ ਸੀ ਚਲੋ ਇੰਨਾ ਨਹੀਂ ਵੀ ਲੱਗਦਾ ਹੈ ਨਾ ਅਤੇ ਬਾਕੀ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਨਾ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਆਈਏ ਅਤੇ ਉਹ ਪਰ ਕਈ ਵਾਰ ਡਿਲੀਵਰ ਵਧੀਆ ਨਹੀਂ ਹੁੰਦਾ ਜਿਵੇਂ ਅਸੀਂ ਵੀ ਹੈ ਨਾ ਬੋਲ ਜਾਂ ਬੋਲਦਾ ਜਾਂ ਮੈਂ ਕੁਛ ਵੀ ਹਾਂ ਬੰਦਾ ਕਿਉਂਕਿ ਤੁਹਾਨੂੰ ਪਤਾ ਸਿੱਖਣ ਤੋਂ ਹੀ ਪਤਾ ਲੱਗਦਾ ਹੈ ਨਾ ਬੰਦਾ ਸਿੱਖਦਾ ਹੌਲੀ ਹੌਲੀ ਅੱਗੇ ਜਾਂਦਾ ਜਿਹੜੇ ਫੀਲਡ 'ਚ ਅਤੇ ਹੁਣ ਮੰਨ ਲਾ ਅਸੀਂ ਸੋਚਦੇ ਤਾਂ ਵਧੀਆ ਕਈ ਵਾਰ ਤੁਹਾਡੇ ਤੱਕ ਡਿਲੀਵਰ ਨਹੀਂ ਵਧੀਆ ਹੁੰਦਾ ਤੁਹਾਨੂੰ ਤੁਹਾਡੇ ਹਿੱਟ ਨਹੀਂ ਕਰਦਾ ਜਾ ਕੇ ਹੈ ਨਾ ਦਿਮਾਗ 'ਚ ਵੀ ਹਾਂ ਜਦੋਂ ਜਿੱਦਾਂ ਤੁਹਾਡੇ ਕਰਨ ਲੱਗ ਗਿਆ ਵੀ ਹਾਂ ਯਾਰ ਹੁਣ ਜਿਹੜਾ ਵਧੀਆ ਦੇਖਦੇ ਜਾਣੀ ਕਿ ਸਾਰੇ ਨਹੀਂ ਵਧੀਆ
ਹੁਣ ਜਿਵੇਂ ਜਿਹੜੇ ਬੰਦੇ ਹਨਾ ਬਈ ਜਿੰਨਾ ਤੱਕ ਮੈਂ ਨਹੀਂ ਪਹੁੰਚ ਪਾਉਂਦਾ, ਜਿਹੜੇ ਬੰਦੇ ਤੱਕ ਮੇਰੀ ਵੀਡੀਓ ਨਹੀਂ ਪਹੁੰਚਦੀ, ਜਿਹਨੂੰ ਨਹੀਂ ਵਧੀਆ ਲੱਗਦੀ ਉਹਦੀ ਗੱਲ ਕਰਦਾ, ਬਾਕੀ ਤਾਂ ਵੈਸੇ ਜ਼ਿਆਦਾਤਰ ਲੋਕਾਂ ਸਾਰਿਆਂ ਨੂੰ ਪਿਆਰ ਦਿੰਦੇ ਆ ਸਾਰੇ ਹਨਾ ਵਧੀਆ, ਅਤੇ ਉਹ ਕੋਈ ਚੱਕਰ ਨਹੀਂ, ਹੁਣ ਬਸ ਤੁਹਾਡੇ ਵਾਸਤੇ ਘੈਂਟ ਤੋਂ ਘੈਂਟ ਵਲੌਗ ਆਇਆ ਕਰਨੇ ਆ, ਪਟਾਕੇ ਪਾ ਦੇਣੇ ਹੁਣ ਪੂਰੇ, ਅਤੇ ਬਸ ਤੁਸੀਂ ਐਂ ਸਪੋਰਟ ਕਰਦੇ ਰਹੋ ਦੱਬ ਕੇ ਹਨਾ, ਅਤੇ ਆਪਾਂ ਕਹਿ ਸਰ ਕੋਈ ਨਹੀਂ ਛੱਡਣੀ, ਹੁਣ ਰੈਗੂਲਰ ਹੁਣ ਸਾਡੇ ਵੱਲੋਂ ਕੋਸ਼ਿਸ਼ ਇਹੀ ਆ ਰੈਗੂਲਰ, ਮੇਨ ਤਾਂ ਪਹਿਲਾਂ ਪਤਾ ਕੀ ਆ ਰੈਗੂਲਰ ਰਹਿਣ ਦੀ ਕਰਨਾ ਵਾ, ਇਹ ਨਹੀਂ ਰਿਹਾ ਜਾਂਦਾ ਰੈਗੂਲਰ, ਅਤੇ ਚਲੋ ਕੋਈ ਨਾ ਹੁਣ ਰੈਗੂਲਰ ਰਿਹਾ ਕਰਨਾ ਅਤੇ ਬਲੌਗ ਡੇਲੀ ਆਇਆ ਕਰਦੇ ਹਾਂ, ਠੀਕ ਆ ਨਾ, ਅਤੇ ਲਓ ਬਈ ਚਲੋ ਹੁਣ ਮਿਲਦੇ ਹਾਂ, ਲਓ ਬਈ ਚੱਲੇ ਸੀ ਨਾਲੇ ਗੁਰਮਨ ਤੈਨੂੰ ਦਿਖਾ ਦੇ, ਆ ਗਏ ਜਸ਼ਨ ਵਾਲੇ, ਪਹਿਲਾਂ ਮੁੰਡੇ ਗਏ ਸੀ ਸਤਾਰਗੰਜ, ਉਹ ਤਾਂ ਕਰੋ ਸਾਲੋ ਐ ਦੇਖੇ ਬੈਠੇ ਐ ਕਰੋ, ਪਹਿਲਾਂ ਸਤਾਰਗੰਜ ਗਏ ਹੋਏ ਜੀ, ਤੇ ਸਾਰਾ ਇੰਨੀ ਦੇ ਤਾਂ ਆਏ, ਫਿਰ ਇਹ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਅਸੀਂ ਆ ਜਾਂਦੇ ਆ 10 ਮਿੰਟਾਂ 'ਚ, ਆ ਗਏ ਜੇ ਸ਼ਿਫਟ ਲੈ ਗਏ ਸਤਾਰਗੰਜ, ਕਿੰਨੇ ਕਿਲੋਮੀਟਰ 20 ਕਿਲੋਮੀਟਰ, ਤੇ ਬਾਕੀ ਚਲੋ ਮੈਂ ਕਿਹਾ ਯਾਰ ਸਾਰੇ ਜਣੇ, ਫਿਰ ਪਤਾ ਕੀ ਅੱਜ ਸਾਰੇ ਜਣੇ ਇਕੱਠੇ ਹੁੰਦੇ ਬਲੌਗ ਘੈਂਟ ਛੂਟ ਹੁੰਦਾ, ਅਤੇ ਮੈਂ ਕਿਹਾ ਸਾਰੇ ਮੁੰਡੇ ਚੱਲ, ਫਿਰ ਅਸੀਂ ਵੇਟ ਕੀਤਾ ਘੱਟੋ ਘੱਟ ਮੈਂ ਤਾਂ 1.5 ਘੰਟਾ ਵੇਟ ਕੀਤਾ ਤਿਆਰ ਹੋ ਗਏ ਇਹਨਾਂ ਸਾਰਿਆਂ ਦਾ, ਡਬਲ ਕਲੱਚ ਤੇ ਲੱਗਦੀ ਆ ਗਈ ਬ੍ਰੇਕ, ਹਾਂ ਡਬਲ ਕਲੱਚ ਦੇ ਪੈਣ, ਡਬਲ ਕਲੱਚ ਤੇ ਜਿਵੇਂ ਡਬਲ ਇੱਕ ਮਾਰ ਡਬਲ ਪ੍ਰੈਸ਼ਰ ਤੇ ਡਬਲ ਤੇ ਮਾਰ, ਹੁਣ ਪਤਾ ਨਹੀਂ ਕੀ ਚੱਕਰ ਆ ਵੀ ਖਰਾਬ ਕਰਕੇ ਆ ਜਾਂ ਇਹਦਾ ਪੈਡਲ ਉੱਤੇ ਕੰਮ ਕਰਨ ਲੱਗ ਗਿਆ, ਕਿ ਜਾਂ ਐਂ ਵੈਸੇ ਹੁੰਦੀ ਨੀ ਗੀ ਇਹਦਾ, ਮੈਨੂੰ ਤਾਂ ਲੱਗਦਾ ਪੈਡਲ ਉੱਤੇ ਕੰਮ ਕਰਨ ਲੱਗ ਗਿਆ ਜਾਂ ਤਾਂ ਪੈਡਲ ਦਾ ਫਰਕ ਆ, ਵੈਸੇ ਨਹੀਂ ਤਾਂ ਐਂ ਹੁੰਦਾ ਹੀ ਨਹੀਂ ਯਾਰ, ਇਹ ਕਿਹੜੇ ਜੀਪ ਵੀ ਡਬਲ ਗਲਤ ਵੱਜੂ, ਚਲੋ ਵੀ ਅਸੀਂ ਪਹੁੰਚ ਚੱਲੇ ਹੁਣ ਬਾਈ, ਆ ਗਏ ਨਿਊਰੀਏ, ਅਤੇ ਹੁਣ ਬਾਈ ਨੂੰ ਫੋਨ ਕੀਤਾ ਸੀਗਾ, ਅਤੇ ਵੈਸੇ ਤਾਂ ਕਹਿੰਦਾ 6-7 ਵਜੇ ਤੱਕ ਉਹਨਾਂ ਕਹਿੰਦਾ ਮੁੰਡੇ ਚਲੇ ਜਾਂਦੇ ਆ ਮੇਰੇ, ਕੀ ਕਹਿੰਦੇ ਆ ਜਿਹੜਾ ਸਮਾਨ ਰੱਖਣਾ ਜਿਹਨਾਂ ਨੇ, ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆ ਕੀ ਚੀਜ਼ ਆਈ ਆ, ਸੀਨ ਕੀ ਆ ਇਹਦਾ ਮੈਨੂੰ ਇਹ ਦੱਸ ਮੈਨੂੰ ਨਹੀਂ ਆਉਂਦਾ, ਹਿੱਲ ਕਿਵੇਂ ਜਾਂਦਾ ਵਾ, ਕਿਵੇਂ ਹਿੱਲਦਾ ਆਟੋਮੈਟਿਕ, ਜੁਗਾੜ ਹੁੰਦਾ ਹੈ ਬਹੁਤ ਜ਼ਿਆਦਾ, ਕੂਲਿੰਗ ਹੋ ਜਾਂਦੀ ਹੈ, ਹਾਂ ਤਾਂ ਬੰਦ ਜੁਗਾੜ ਕਰ ਲਈ, ਜੁਗਾੜ ਆ ਜਗਾ, ਓਏ ਇਹ ਮੈਨੂੰ ਲੱਗਦਾ ਨਾ ਹਿੱਲ ਪੱਟਿਆ ਪੱਟਿਆ ਗਿਆ, ਜੁਗਾੜ ਹੀ ਲਾਇਆ ਵਾ ਇੱਥੇ, ਆਪਣਾ ਏਸੀ ਚੱਲ ਚੁੱਕ ਰਿਹਾ, ਆਪਾਂ ਏਸੀ 'ਚ ਜਾਂਦੇ, ਏਸੀ ਹਿੱਲ ਜਾਂਦਾ ਫਿਰ ਕੱਪੜਾ ਲਾਇਆ ਤਾਂ ਜੁਗਾੜ ਕੀਤਾ ਹੋਇਆ ਸਾਡਾ, ਕਾਹਦੀ ਗੱਲ ਕਰਦਾ, ਇੱਕ ਦੇ ਵਿੱਚ ਹਾਂ ਹਰੀ ਲਾਈਟ ਚੱਲਦੀ ਹੈ, ਘੈਂਟ ਲੱਗਦੀ ਹੈ, ਅੱਛਾ ਵਾਲੀ ਗੜਚ ਗੜਚ ਵੱਜਦੀ ਹੈ ਨਾ, ਮਗਰ ਦੇਖਿਆ ਗਿਆ ਸੀ ਨਾ ਸ਼ੇਰ ਆ ਉੱਥੇ, ਬਈ ਇੱਧਰ ਸ਼ੇਰ ਆ ਗਿਆ, ਦਿਖਾਈ ਰੋਕੇ ਦੇਖੀ, ਰੋਕੇ ਦੇਖੀ, ਲੜ ਜਾ ਫੜ ਜਾ, ਦੇਖਣਾ ਦੇਖਣਾ ਗੱਡੀ ਦਾ ਲਾ ਲਾ ਸਾਈਡ ਤੇ, ਪਿੱਛੇ ਜਾਮ ਲੱਗ ਜੂ, ਛੇ ਦਾ ਸਰਕਾਰ ਕਰੇਗੇ ਇਹ ਦੋਵੇਂ, ਅੱਜ ਸ਼ੇਰ ਦਾ ਸ਼ੇਰ ਨਹੀਂ ਦੇਖਿਆ, ਸ਼ੇਰ ਦੇਖ, ਮੈਂ ਤਾਂ ਤੁੱਕਾ ਹੀ ਲਾਇਆ ਸੀ, ਸੱਚੀ ਸ਼ੇਰ ਨਿਕਲੇ ਅੱਜ, ਸ਼ੇਰਾਂ ਨੇ ਸ਼ੇਰਾਂ ਦਾ ਸ਼ਿਕਾਰ ਕਰ, ਅਰੇ ਭਾਈ ਬੰਦ ਕਰਕੇ ਜਾਵਾਂਗੇ, ਆਓ ਬਈ ਚਲੋ 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 ਚਲੋ, ਕਿੱਥੇ ਆ ਕਿਧਰ ਹੈ
ਕਿਧਰ ਹੈ ਭਾਈ? ਉਹ ਨਿਕਲ ਗਿਆ, ਆਗੇ ਨਿਕਲ ਗਿਆ, ਉਹ ਗਿਆ ਯਾਰ। ਭੱਟੇ ਰਹਿੰਦੇ ਤਿੰਨ ਚਾਰ, ਲੈ ਤਿੰਨ ਚਾਰ ਰਹਿੰਦੇ ਤਾਂ ਕਹਿੰਦੇ। ਫਿਰ ਤੋਂ ਕਦੀ ਰਾਤ ਕੋ ਆ ਕੇ ਵਲੌਗ ਬਣਾ ਲੈ, ਚਲ ਆਓ ਚਲੀ ਫਿਰ ਦਿਖਣਾ ਤਾਂ ਨਹੀਂ, ਕੀ ਫਾਇਦਾ ਲੇਟ ਹੋ ਜਾਂਦੇ। ਖੜ ਗਏ ਇੱਥੇ, ਚਲੋ ਹੁਣ ਚੱਲਦੇ ਆ ਯਾਰ ਆਪਾਂ, ਅੱਗੇ ਲੇਟ ਹੋਈ ਜਾਂਦੇ ਆ। ਹਾਂ ਸ਼ੇਰ ਦਾ ਦੇਖਣ ਨੂੰ ਲਓ ਵੀ, ਉਹ ਖੜੀ ਆਪਣੀ ਬਲੈਰੋ ਨਾਲੇ ਹੁਣ ਦਿਖਾਉਂਦੇ ਆ ਸਰਪ੍ਰਾਈਜ਼ ਕੀ ਆਪਣਾ, ਠੀਕ ਹੈ ਨਾ? ਆ ਜਾਓ ਨਾਲ ਇੱਧਰ ਆ ਜਾ, ਮਾਰ ਦੇਖੋ ਬਈ, ਪਹਿਲਾ ਸਰਪ੍ਰਾਈਜ਼ ਆ ਵਾ ਸਾਡਾ। ਹੁਣ ਆਉਣ ਵਾਲੇ ਤੁਹਾਨੂੰ ਪਤਾ ਦੱਸਿਆ ਨਾ, ਬਲੌਗ ਪੂਰੇ ਧਮਾਕੇਦਾਰ ਹੋਣੇ ਆ, ਠੀਕ ਹੈ ਨਾ? ਲਿਓ ਆਪਾਂ ਟਰਾਲੀ ਇੱਥੇ ਲਿਆਉਣੀ ਯਾਰ, ਇੱਥੇ ਨਹੀਂ ਟਰਾਲੀ, ਇੱਥੇ ਲਾ ਦਿੰਦੇ, ਲਿਆ ਟਰਾਲੀ ਆਪਾਂ ਉੱਥੇ ਲਾ ਦਿੰਦੇ, ਹੁਣੇ ਪਾ ਦੇਣੀ। ਚੱਲ ਬਾਕੀ ਹੁਣ ਅਸੀਂ ਲੱਦ ਲਈਏ ਫਿਰ ਤੁਹਾਨੂੰ ਮਿਲਦੇ ਆ ਹਨਾ। ਗੁਰਮਨ ਤੂੰ ਬਹਿ ਜਾ, ਇੱਧਰ ਹੀ ਕਰ ਲਿਆ ਜੀ, ਰੋਡ ਲਿਆਉਣ ਨੂੰ ਇੱਧਰ ਹੀ। ਚਲੋ ਮੋੜੋ ਫਿਰ ਫਟਾਫਟ, ਬਹੁਤ ਭਾਰੀ ਆ। ਚੱਲ ਇਹ ਸਾਊਥ ਦਾ ਡੀਲਰ, ਟਾਇਰ ਲੈਣ ਆਇਆ ਦੂਜੀ ਵਾਰ। ਲਿਆਓ ਲਿਓ, ਜੇ ਜੌਨ ਡੀਅਰ ਕੇ ਹੈ। ਹਾਂਜੀ ਲਓ ਬਈ, ਟਾਇਰ ਆਪਾਂ ਲੱਦ ਲਿਆ ਹੈ ਨਾ,
ਤੇ ਬਾਕੀ ਆਪਾਂ ਇਹਨਾਂ ਦੇ ਹਿਸਾਬ ਵੀ ਹੋ ਗਿਆ ਹਨਾ। ਇੱਧਰ ਤਾਂ ਸਾਰੇ ਕੋਰੀਅਰ ਦੇ ਪੈਸੇ ਦੇਣੇ ਸੀ, ਹੋਰ ਤਾਂ ਕੋਈ ਚੱਕਰ ਨਹੀਂ। ਬਾਕੀ ਤਾਂ ਆਪਣਾ ਬਿੱਲ ਹੋਇਆ ਪਿਆ ਸੀ। ਬਾਕੀ ਟਾਇਰ ਦੇਖੋ, ਆਹ ਸਰਪ੍ਰਾਈਜ਼ ਆ ਸਾਡਾ। ਹੁਣ ਕੈ ਆਉਣ ਵਾਲੀਆਂ ਵੀਡੀਓ ਘੈਂਟ ਹੀ ਆਉਣੀਆਂ ਸੋਚ ਲਓ ਹਨਾ। ਟਾਇਰ ਆ ਗਏ, ਬਾਕੀ ਸਮਾਨ ਆਉਣ ਵਾਲਾ ਇੱਕ ਗੇੜਾ ਲੱਗਣਾ ਹਜੇ ਆਪਣਾ। ਅਤੇ ਬਾਕੀ ਹੁਣ ਬੰਬ ਵੀ ਆ ਸਿਰਾ ਹੀ। ਹੱਥ ਧੋ ਲਈਏ ਯਾਰ ਬਈਆ, ਪਾਣੀ ਕਹਾਂ ਧੋਣੇ ਕੇ ਲਈ। ਉਹ ਲੱਗਿਆ ਪੇਟ ਥੱਲੇ। ਲਓ ਬਈ ਸਨੈਪਚੈਟ, ਹੈਂ ਸਨੈਪਚੈਟਰਸ। ਅਸੀਂ ਆ ਗਏ ਸੀਗੇ ਟਾਇਰ ਲੈ ਕੇ, ਅਤੇ ਸੀਗੇ ਚੱਲ ਹੈਲਾ ਹੁਲਾ ਲੈ ਲਈਏ। ਪਰ ਯਾਰ ਪੀਂਦਾ ਨਹੀਂ ਹੁੰਦਾ ਮੈਂ ਵੀ, ਹੁਣ ਬਹੁਤ ਛੱਡੀਆਂ ਹੋਈਆਂ ਹੈਲ ਵਗੈਰਾ ਪੀਣੀ। ਅਤੇ ਚੱਲੇ ਹੁਣ ਘਰ ਨੂੰ। ਬਾਕੀ ਤੁਹਾਨੂੰ ਟਾਇਰ ਅਸੀਂ ਇੱਕ ਵਾਰ ਦਿਖਾ ਦੇ ਹਨਾ, ਸਰਪ੍ਰਾਈਜ਼ ਪਤਾ ਲੱਗ ਗਿਆ। ਹੁਣ ਦੇਖ ਵਾ ਟਾਈਟਰ ਦੇ ਹੁਣ ਤਿਆਰ, ਵਧੀਆ ਘੈਂਟ ਘੈਂਟ ਬਲੌਗ ਆਇਆ ਕਰਨਗੇ ਹੈ ਨਾ। ਜੋਂ ਯਾਰ ਆਪਾਂ ਪੂਰਾ ਮੋਡੀਫਾਈ ਕਰ ਦੇਣਾ, ਸੋਚ ਲਓ ਕਦੋਂ ਦੇ ਕਹਿੰਦੇ ਕਹਿੰਦੇ ਹੁਣ ਨੰਬਰ ਆਇਆ ਟਾਈਟਰ ਦਾ। ਅਤੇ ਬਾਕੀ ਕੋਈ ਨਹੀਂ, ਟੈਨਸ਼ਨ ਨਾ ਲਓ ਹੈ ਨਾ, ਘੈਂਟ ਤੋਂ ਘੈਂਟ ਆਇਆ ਕਰਨਗੇ ਬਲੌਗ ਜਾਣੀ ਕਿ ਹੌਲੀ ਹੌਲੀ। ਹੁਣ ਬਸ ਅਸੀਂ ਨਾ ਆਹ ਚੀਜ਼ਾਂ ਆ ਗਈਆਂ, ਫਿਰ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹ ਮੰਗਾਉਣੀਆਂ। ਇੱਕ ਚੱਕਰ ਲੱਗਣਾ ਉਹ 'ਚ, ਚਲੋ ਮੈਂ ਤੁਹਾਨੂੰ ਦੱਸ ਦਿੰਦਾ ਹੈ ਨਾ ਇੰਨਾ ਸਰਪ੍ਰਾਈਜ਼ ਕੀ। ਆਪਣਾ ਸਟੇਅਰਿੰਗ ਅਤੇ ਸਲਾਂਸਰ ਅਤੇ ਹੋਰ ਆ ਦੋ ਤਿੰਨ ਚੀਜ਼ਾਂ ਉਹ ਆਉਣੀਆਂ ਨੇ। ਅਤੇ ਹਾਂ ਨਹੀਂ ਨਹੀਂ ਡੈੱਕ ਡੁੱਕ ਤਾਂ ਫਿਰ ਤੀਜੇ ਗੇੜੇ ਆਊ ਨਾ, ਡੈੱਕ ਅਤੇ ਛੱਤਰੀ ਅਤੇ ਯੂ, ਉਹ ਤੀਜੇ ਚੱਕਰ ਮੰਗਾਵਾਂਗੇ ਹਜੇ ਇੰਨਾ ਮੋਡੀਫਾਈ ਕਰਕੇ ਹੈ ਨਾ। ਫਿਰ ਸਾਰਾ ਹਿਸਾਬ ਕਿਤਾਬ ਵੀ ਦੇਖਣਾ ਪੈਂਦਾ, ਉਦੋਂ ਕਰਾਂਗੇ। ਚਲੋ ਹੁਣ ਅੱਗੇ ਮਿਲਦੇ ਹਾਂ। ਲਓ ਵੀ ਮੁੰਡਿਆਂ ਨੂੰ ਲਾ ਦੀਏ ਫਿਰ, ਉਤਰ ਲੱਗਿਆ ਇਹ। ਕੱਲ ਨੂੰ ਜਿਵੇਂ ਆਪਾਂ ਖਾਲੀ ਹੋਏ ਫਿਰ ਦੇਖ ਲਾਂਗੇ। ਕੱਲ ਨੂੰ ਜਿਵੇਂ ਖਾਲੀ ਹੋਏ ਫਿਰ, ਨਹੀਂ ਮੇਰੇ ਟੇਟਰ ਤੇ ਚੱਲਾਂਗੇ ਸਾਰੇ, ਠੀਕ ਆ। ਚਲੋ ਵੀ ਕੱਲ ਦੀ ਸਲਾਹ ਕਰਦੇ ਜੀ ਅਸੀਂ। ਤੇ ਚਲੋ ਹੁਣ ਚੱਲਦਾ ਮੈਂ ਵੀ ਘਰੇ, ਅੱਗੇ ਪ੍ਰਾਹੁਣੇ ਆਏ ਹੋਏ ਆ ਤੁਹਾਨੂੰ ਜਿਵੇਂ ਦੱਸਿਆ ਸੀ ਅੱਗੇ, ਅਤੇ ਚੱਲ ਕੇ ਮਿਲਦੇ ਹੋ ਪ੍ਰਾਹੁਣੇ।
ਇੱਕ ਤਾਂ ਇੱਥੇ ਦੇਖਦਾ ਨਹੀਂ ਯਾਰ, ਸ਼ੀਸ਼ਾ ਬੜਾ ਗੰਦਾ ਗੱਡੀ ਦਾ। ਚਲੋ ਵੀ ਹੈ ਨਾ, ਅੱਜ ਦਾ ਬਲੌਗ ਸੀ ਆਪਣਾ ਇੱਥੇ ਤੱਕ ਹੀ ਹੈ ਨਾ, ਅਤੇ ਐਂ ਬਲੌਗਾਂ ਕਮੈਂਟ ਕਰਦੇ ਰਹੋ ਠੋਕ ਕੇ, ਹੁਣ ਤੁਹਾਨੂੰ ਪਤਾ ਘੈਂਟ ਤੋਂ ਘੈਂਟ ਬਲੌਗ ਆਉਣੇ ਹੈ ਨਾ। ਚਲੋ ਮਿਲਦੇ ਨੈਕਸਟ ਬਲੌਗ, ਅੱਜ ਦਾ ਬਲੌਗ ਸੀ ਆਪਣਾ ਇੱਥੇ ਤੱਕ ਹੀ।